जिस सिटी में आप इस टाइम है, ये शहर है, ये पूरा जो है अंग्रेजों ने बनाया हुआ। जो बिल्डिंग्स मतलब एट द टाइम ऑफ जब ब्रिटिश राज था यहाँ पे, उस टाइम बनी हुई है, जो इसका आर्किटेक्चर है वो यूनिक है। कुछ बिल्डिंग्स ऐसी है जो मिक्स आर्किटेक्चर की है, जैसे आपकी इंडियन और जो आपका गॉथिक स्टाइल है उसको मिलके बनी है, और कुछ एक ऐसी है जो यूरोप की इंडिजीनियस है, यूरोप में होती है, और वो नक्शा इन्होंने यहाँ पे इम्प्लीमेंट करने की कोशिश की। सर ये चर्च 1844 में इसकी नींव रखी गई थी। सारे ही दोस्तों नु प्यार भरी सत श्री अकाल। दोस्तो उत्तरी भारत की दूजी सब तो वड्डी जिहड़ी चर्च है ਅਤੇ ਇਤਿਹਾਸਿਕ ਚਰਚ ਹੈ ਉਹ ਤੁਹਾਨੂੰ ਦਿਖਾ ਰਹੇ ਹਾਂ। ਅਤੇ ਮੇਰੇ ਪਿੱਛੇ ਜੋ ਤੁਸੀਂ ਇਮਾਰਤ ਦੇਖ ਰਹੇ ਹੋ, ਇਹੀ ਉੱਤਰੀ ਭਾਰਤ ਦੀ ਦੂਜੀ ਸਭ ਤੋਂ ਵੱਡੀ ਚਰਚ ਹੈ, ਕ੍ਰਾਈਸਟ ਚਰਚ। ਹਾਂਜੀ, ਕ੍ਰਾਈਸਟ ਚਰਚ ਇਸ ਦਾ ਨਾਮ ਆ, ਅਤੇ ਅੰਗਰੇਜ਼ਾਂ ਦੇ ਸਮੇਂ ਦੀ ਇਹ ਬਣੀ ਹੋਈ ਆ। ਅਤੇ ਗੱਲ ਕਰੀਏ ਕਦੋਂ ਬਣੀ ਸੀ, ਤਾਂ ਤਕਰੀਬਨ 1844 ਦੇ ਵਿੱਚ ਇਸ ਦਾ ਜਿਹੜਾ ਨਕਸ਼ਾ ਉਹ ਬਣ ਕੇ ਤਿਆਰ ਹੋਇਆ ਸੀ, ਅਤੇ 1857 ਦੇ ਵਿੱਚ ਇਹਨੂੰ ਅਸਤਿਤਵ 'ਚ ਲਿਆਂਦੀ ਗਈ ਸੀ, ਯਾਨੀ ਇਹ ਬਿਲਡਿੰਗ ਆ ਜਿਹੜੀ ਉਹ ਬਣ ਕੇ ਤਿਆਰ ਹੋ ਗਈ ਸੀ। ਅਤੇ ਜਿਹੜੀ ਲੋਕੇਸ਼ਨ ਹੈ ਇਹਦੀ ਉਹ ਸ਼ਿਮਲਾ ਦੇ ਵਿੱਚ ਹੈ, ਅਤੇ ਸ਼ਿਮਲਾ ਤੋਂ ਹੀ ਬਾਈ ਜੀ ਸਾਡੇ ਨਾਲ ਬੈਠੇ, ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਬਾਈ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਸਰ। ਅਤੇ ਸਰ ਜੋ ਲੋਕ ਆਪਾਂ ਨੂੰ ਵੇਖ ਰਹੇ ਸਭ ਤੋਂ ਪਹਿਲਾਂ ਉਹਨਾਂ ਨੂੰ ਆਪਣਾ ਨਾਮ ਦੱਸੋ। ਸਰ ਮੇਰਾ ਨਾਮ ਅਰਵਿੰਦ ਸ਼ਰਮਾ ਹੈ, ਯਹਾਂ ਸ਼ਿਮਲਾ ਸੇ ਹੂੰ, ਲੋਕਲ ਹੂੰ। ਠੀਕ ਹੈ। ਹਾਂਜੀ। ਅਤੇ ਸਰ ਜਿਹੜੀ ਥਾਂ 'ਤੇ ਆਪਾਂ ਬੈਠੇ ਹਾਂ ਇਹਦੀ ਐਗਜੈਕਟ ਲੋਕੇਸ਼ਨ ਕੀ ਹੈ? ਇਸ ਕੋ ਸਰ ਰਿਜ ਮੈਦਾਨ ਕਹਤੇ ਹੈ। ਓਕੇ, ਰਿਜ ਮੈਦਾਨ। ਹਾਂਜੀ, ਮਾਲ ਰੋਡ ਵੀ ਐਸੇ ਨੂੰ ਕਿਹਾ ਜਾਂਦਾ। ਮਾਲ ਰੋਡ ਇਸੇ ਨੀਚੇ ਵਾਲਾ ਜੋ ਮਤਲਬ ਆਗੇ ਸਕੈਂਡਲ ਪੁਆਇੰਟ ਹੈ, ਵਹਾਂ ਸੇ ਯੇ ਬਾਈਫਰਕੇਟ ਹੋਤਾ ਹੈ। ਠੀਕ ਹੈ। ਨੀਚੇ ਵਾਲਾ ਰਾਸਤਾ ਹੈ ਉਸਕੋ ਵੋ ਮਾਲ ਰੋਡ ਕਹਲਾਤਾ ਹੈ। ਮੈਂ ਕਹੂੰਗਾ ਬਾਈ ਨੂੰ ਥੋੜਾ ਜਿਹਾ ਕੈਮਰਾ ਦਿਖਾਉਣ, ਇਹ ਤੁਸੀਂ ਕਰਾਊਡ ਚੈੱਕ ਕਰੋ ਕਿੰਨਾ ਜ਼ਿਆਦਾ ਹੈ, ਇਹ ਮੌਕੇ ਦੀ ਲੋਕੇਸ਼ਨ ਆ। ਅਤੇ ਬਾਈ ਜੀ ਇਸ ਚਰਚ ਬਾਰੇ ਜੋ ਲੋਕ ਆਪਾਂ ਨੂੰ ਵੇਖ ਰਹੇ ਆ ਉਹਨਾਂ ਨੂੰ ਦੱਸੋ ਜੀ। ਸਰ ਇਹ ਚਰਚ 1844 ਮੇਂ ਇਸਕੀ ਨੀਂਵ ਰੱਖੀ ਗਈ ਥੀ। ਨੀਂਵ ਰੱਖੀ ਗਈ ਥੀ। ਹਾਂ, ਤੋ ਇਹ ਆਈ ਥਿੰਕ ਸ਼ਾਇਦ 1857 ਤੱਕ ਇਹ ਬਣ ਕੇ ਤਿਆਰ ਹੋ ਗਿਆ। ਤਿਆਰ ਹੋ ਗਈ ਥੀ। ਹਾਂਜੀ, ਯਾਨੀ ਅੰਗਰੇਜ਼ਾਂ ਦੁਆਰਾ ਇਹ ਬਣਾਈ ਗਈ ਸੀ। ਅੰਗਰੇਜ਼ੋ ਕੇ ਦੁਆਰਾ। ਅਬ ਜਿਸ ਇਸ ਸਿਟੀ ਕੀ ਜਿਸ ਸਿਟੀ ਮੇਂ ਆਪ ਇਸ ਟਾਈਮ ਹੈ, ਜੋ ਇਹ ਸ਼ਹਿਰ ਹੈ, ਇਹ ਪੂਰਾ ਜੋ ਹੈ ਅੰਗਰੇਜ਼ੋ ਨੇ ਬਣਾਇਆ ਹੋਇਆ ਹੈ। ਠੀਕ ਹੈ। ਚਾਹੇ ਇਹ ਰਿਜ ਮੈਦਾਨ ਹੈ, ਚਾਹੇ ਆਪਕਾ ਮਾਲ ਰੋਡ ਹੈ, ਜਿਤਨੀ ਵੀ ਯਹਾਂ ਪੇ ਬਿਲਡਿੰਗਸ ਹੈ, ਇਹ ਆਪਕੀ ਇਹ ਜਿਹੜੀ ਤੁਸੀਂ ਲਾਇਬ੍ਰੇਰੀ ਵੇਖ ਰਹੇ ਹੋ, ਇਹ ਰਾਜ ਪੁਸਤਕਾਲਿਆ ਹੈ। ਰਾਜ ਪੁਸਤਕਾਲਿਆ, ਇਹ ਵੀ ਬਿਲਡਿੰਗ ਹੈ ਜਿਹੜੀ ਅੰਗਰੇਜ਼ਾਂ ਦੁਆਰਾ ਬਣਾਈ ਗਈ ਹੈ। ਬਿਲਕੁਲ ਬਿਲਕੁਲ। ਤੇ ਉਹਨਾਂ ਸਮੇਂ ਤੇ ਸਰ ਇੱਕ ਚੀਜ਼ ਨਹੀਂ ਸਮਝ ਆਈ ਮੈਨੂੰ, ਅਕਸਰ ਲੋਕ ਇਸ ਚੀਜ਼ ਦੀ ਵੀਡੀਓ ਪਾਉਂਦੇ ਆ, ਤੇ ਮੈਂ ਤੁਹਾਡੇ ਤੋਂ ਆਹ ਚੀਜ਼ ਜਾਣਨਾ ਚਾਹੁੰਦਾ ਵੀ ਜਦੋਂ 1947 'ਚ ਦੇਸ਼ ਨੂੰ ਆਜ਼ਾਦੀ ਮਿਲੀ ਸੀ ਤਾਂ ਇੱਕ ਗੱਲ ਕਹੀ ਜਾਂਦੀ ਹੈ ਵੀ ਇਹ ਸਾਰੀਆਂ ਇਮਾਰਤਾਂ ਨੂੰ ਹੈਰੀਟੇਜ ਇਮਾਰਤਾਂ ਦਾ ਦਰਜਾ ਦਿੱਤਾ ਗਿਆ। ਬਿਲਕੁਲ ਬਿਲਕੁਲ। ਤੇ ਇਸ ਨਾਲ ਆਪਾਂ ਕੋਈ ਵੀ ਛੇੜਖਾਨੀ ਨਹੀਂ ਕਰ ਸਕਦੇ, ਇਹ ਹਮੇਸ਼ਾ ਐਵੇਂ ਦੀ ਐਵੇਂ ਰਹਿਣਗੇ। ਬਿਲਕੁਲ। ਇਹਨੂੰ ਨਾ ਤਾਂ ਰੀਨਿਊ ਕਰ ਸਕਦੇ, ਮਤਲਬ ਸਰਕਾਰ ਨੂੰ ਪੁੱਛੇ ਬਿਨਾਂ ਇਸ 'ਚ ਆਪਾਂ ਕੋਈ ਬਦਲਾਵ ਨਹੀਂ ਕਰ ਸਕਦੇ। ਇਸ ਦੇ ਪਿੱਛੇ ਦਾ ਕੀ ਰੀਜ਼ਨ ਹੈ? ਤੁਸੀਂ ਤਾਂ ਇੱਥੋਂ ਲੋਕਲ ਦੇ ਰਹਿਣ ਵਾਲੇ ਹੋ, ਤੁਹਾਨੂੰ ਨਹੀਂ ਐਸਾ ਨਹੀਂ ਹੈ ਕਿ ਮਤਲਬ ਇਸਮੇ ਕੁਛ ਇੱਕ ਬਿਲਡਿੰਗਸ ਹੈ, ਜੈਸੇ ਆਪਕੀ ਗੇਟੀ ਥੀਏਟਰ ਹੈ, ਉਹ ਰੈਨੋਵੇਟ ਹੋਈ ਹੈ। कुछ ऐसी बिल्डिंग्स है जिसमें आग लग गई थी, जैसे आपकी एजी ऑफिस है, वो गॉटन कासल भी कहते हैं उसको, अंग्रेजों के टाइम बना था, उसको एस जैकब जो आर्किटेक्ट था उसने बनाया था, लेकिन कुछ समय बाद वहाँ पे उसमें उस बिल्डिंग में आग लग गई थी, तो उस बिल्डिंग को द्वारा से उसका जीर्णोद्धार किया है, उसको द्वारा से बनाया है। ठीक है। ऐसा नहीं है कि भाई मतलब रेनोवेशन तो मतलब समय समय पर होती रहती है, लेकिन आपको जो बेसिक चीज है ना उसको आप उससे छेड़खानी नहीं कर सकते। नहीं कर सकते। हाँ जी। एक चीज होर दसो, मतलब जेडियां इमारतां हेरिटेज इमारतां दा असल दे विच जेडे बहुत सारे लोग है जिन्हां नूं पता नहीं, इहनां मतलब की है असल दे विच?
सर हेरिटेज विरासत मतलब इसका मतलब है, जैसे हिंदी में हेरिटेज के लिए विरासत वर्ड यूज होता है, जो बिल्डिंग्स मतलब एट द टाइम ऑफ जब ब्रिटिश राज था यहाँ पे उस टाइम बनी हुई है, जो इसका आर्किटेक्चर है वो यूनिक है। कुछ बिल्डिंग्स ऐसी है जो मिक्स आर्किटेक्चर की है, जैसे आपकी इंडियन और जो आपका गॉथिक स्टाइल है उसको मिलके बनी है, और कुछ एक ऐसी है जो यूरोप की इंडिजीनियस है, यूरोप में होती है और वो नक्शा इन्होंने यहाँ पे इम्प्लीमेंट करने की कोशिश की है। तो उस मतलब उस आपकी जो ये बिल्डिंग्स है उनको प्रिजर्व करने के लिए इसको एक हेरिटेज का दर्जा दिया गया। और एक और चीज है कि भी इन जो ये इमारतें है, कुछ एक इमारतें ऐसी है जिसमें कुछ ऐतिहासिक फैसले हुए हैं, जैसे आपका गवर्नर हाउस है, उसका जो अंग्रेजों के टाइम में उसको बांस कोर्ट बोलते थे, वहां पे शिमला समझौता, ऐसे ऐसे कई मतलब जो ऐतिहासिक निर्णय है वो हुए थे। जैसे 1971 की जंग का मेरे साथ बस जुल्फिकार अली भुट्टो, हाँ, और इंदिरा गांधी का उनकी लड़की भी थी शायद, हाँ, ठीक है। और एक आपका यहाँ पे आगे वाइसरीगल लॉज है जिसको आप इंडियन इंस्टीट्यूट ऑफ एडवांस स्टडीज बोलते हैं, वहाँ पे वॉवेल कॉन्फ्रेंस हुई है जिसमें देश भर के उस टाइम के जो बड़े बड़े लीडर्स है उन्होंने वहाँ पे जाके क्या बोलते वहाँ पे कॉन्फ्रेंस की थी, ठीक है। इस मतलब संदर्भ में आप मतलब हमने इसको एक हेरिटेज का दर्जा दिया, ठीक है। एक चीज आप पूछनी चाहना, मतलब इन इमारतों के नाल आपां छेड़खानी नहीं कर सकते, मौके दे विच ये इमारतों के उत्ते जिहड़े ब्रिटेन दे लोग आ, ब्रिटेन सरकार है, कि उन्हां दा भी कोई अधिकार है इन्हां दा? नहीं, हिंदुस्तान नहीं, नहीं, नहीं। जब मतलब देश आजाद हो गया था तो जो आपका पावर ऑफ अटॉर्नी है, जो लॉर्ड माउंटबेटन ने जो साइन किया है, वो जो भी आपको मतलब जितनी भी हेरिटेज प्रॉपर्टी है, जो भी आपका देश की जो जितनी भी संपत्ति थी वो मतलब देश के जो सरकार चलाने वाले उनको हमने मतलब उन्होंने दे दी थी, ठीक है, हैंड ओवर कर दी थी, तो उसके बाद उनका कोई अधिकार नहीं रहता। वो तो एज ए टूरिस्ट सैलानी की तरह यहाँ पे आते हैं, वो हमसे पूछते हैं कि इसकी क्या सिग्निफिकेंस है, ये कब बना है, आर्किटेक्चर है वो बिल्कुल वही है जो आपका उस टाइम का है, ठीक है। चर्च के अंदर आप जा सकते हैं, चर्च में वीडियोग्राफी का तो सर ऐसा है कि भी जो यहाँ का प्रबंधन है उनसे पूछ सकते हैं आप, क्योंकि इनका अपना जो क्रिश्चियंस है यहाँ पे इन्होंने अपना संगठन बनाया है, उनसे अगर आप इजाजत लेके शायद, ठीक है, वैसे जा सकते हैं। मैं दर्शकों को एक चीज होर दसना चाहना, जदों अंग्रेज लोग इत्थे रहिंदे सी तां उन्हां नूं इंग्लैंड वर्गा जिहड़ा माहौल है, ब्रिटेन वर्गा माहौल है, वह चाहीदा सी। तां जदों इस एरिए दे विच आए तां उन्हां नूं ਜਿਹੜਾ ਉਹ ਮਾਹੌਲ ਆ ਸਿਰਫ ਇਸ ਏਰੀਏ ਦੇ ਵਿੱਚ ਹੀ ਦੇਖਣ ਨੂੰ ਮਿਲਿਆ, ਤਾਂ ਇਸ ਕਰਕੇ ਉਹਨਾਂ ਨੇ ਜਿਹੜਾ ਮਾਹੌਲ ਬ੍ਰਿਟੇਨ ਦੇ ਵਿੱਚ ਸੀ, ਜਿਹੜੀਆਂ ਇਮਾਰਤਾਂ ਉੱਥੇ ਸੀ, ਉਹਨਾਂ ਨੂੰ ਬਿਲਕੁਲ ਇੱਥੇ ਆ ਕੇ ਆਕਾਰ ਜਿਹੜਾ ਦਿੱਤਾ, ਰੈਪਲੀਕੇਟ ਕੀਤਾ। ਹਾਂ, ਤਾਂ ਇਹ ਸੀ ਇਸ ਚਰਚ ਦੇ ਬਾਰੇ ਜਾਣਕਾਰੀ, ਅਤੇ ਉਮੀਦ ਕਰਦੇ ਹਾਂ ਵੀਡੀਓ ਨੂੰ ਤੁਸੀਂ ਪਸੰਦ ਕਰੋਗੇ, ਅਤੇ ਮਿਲਦੇ ਹਾਂ ਅਗਲੀ ਵਾਰ ਫਿਰ ਕਿਸੇ ਨਵੇਂ ਵਿਸ਼ੇ 'ਤੇ ਕਿਸੇ ਨਵੇਂ ਵੀਡੀਓ ਦੇ ਨਾਲ। ਜਿਉਂਦੇ ਵਸਦੇ ਰਹੋ, ਦਾਤਾ ਜੀ ਸਭ ਨੂੰ ਖੁਸ਼ ਰੱਖਣ, ਮਿਹਰਬਾਨੀ ਦੋਸਤ।